अस्सलाम वालेकुम दोस्तों, उम्मीद है सारे ठीक होंगे। असी जी हुण जा रहे हैं बैंगन की पैली खेत जी फसल होंगी ना, असी रास्ते जा रहे थे बैंगन देखे आ, तो असी क्या चलो देखिए बैंगन कि लगे आ। आ देखो जी, हाँ भाई स्प्रे कर रहे सी, ते असी फिर आ गए इन्हों देख के। हाँ जी भाई स्प्रे कर रहे हैं। अच्छा अच्छा, मतलब कि सारी नु कर ली है ते कादी स्प्रे, मतलब के कोई कीड़े मकोड़े वास है। अच्छा मतलब के कान कीड़ा पै जांदा। अच्छा अच्छा अच्छा, आ विच आ अंदर जाके देखते हैं आगे। आ देखो दोस्तों, तुहानू हुण असीं बताऊंगी जिन्नू बैंगन कहा जांदा वा, असीं देहाती लोग इहनू बताऊं कहिंदे आ। हां जी, तुहानू दा विजिट करवा रहे उस फसल दा, भाई हुण स्प्रे कर रहे सी कीड़ा मकोड़ा वगैरह सुंडी वगैरह जिन्नू तुसीं कहिंदे काणा हो गया। छोटे नहीं बड़े वे वे भी होंगे बैंगन। अच्छा अच्छा, बैंगन लगे हुए बैंगन छोटे भी है, कुछ बिच बिच सड़ गए लगता है कोई ना, इस वजह स्प्रे कर दे है ना जेड़े सड़े आ। अच्छा लो जी माशाल्लाह जी, अगे होवो अगे होवो, इतने वाहवा लगे बैंगन 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 बैंगन। आ देखो जी बैंगन लगे आ, क्या बात है, वाह। हाँ जी हाँ जी, आ देखो जी बैंगन उतो उन्होंने तड़ाई की थी जिथे स्प्रे मार रहे, पहले बैंगन नु तोड़ दे, उस तो बाद उनको दवाई दारू कर दे ताकि जेड़ी स्प्रे वगैरह ਇਨਸਾਨਾਂ ਨੂੰ ਨੁਕਸਾਨ ਨਾ ਦੇਵੇ। ਸਹੀ ਸਹੀ, ਇਸ ਲਈ ਉਹਨਾਂ ਨੇ ਸਾਨੂੰ ਦੱਸਿਆ ਭਾਈ ਉਹਨਾਂ ਨੇ ਕਿ ਤੁਸੀਂ ਅੱਗੇ ਚੱਲ ਜਾਓ, ਇੱਥੋਂ ਅਸੀਂ ਤੜਾਈ ਕੀਤੀ ਤੇ ਇੱਥੇ ਦੀ ਸਪਰੇ ਮਾਰਨੀ ਆ। ਅੱਛਾ, ਇਹ ਮਾਸ਼ਾਅੱਲਾ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਤੜਾਈ ਹੁੰਦੀ ਏ, ਤੇ ਉਧਰੋਂ ਤੜਾਈ ਹੋ ਗਈ, ਇੱਧਰ ਉਹਨਾਂ ਨੇ ਸਪਰੇ ਨਹੀਂ ਮਾਰੀ ਕਿਉਂਕਿ ਟੁੱਟ ਕੇ ਸਵੇਰ ਮੰਡੀ ਜਾਣੇ ਆ ਜਿਹੜੇ ਅਸੀਂ ਖਾਣੇ ਆ, ਇਸ ਵਜ੍ਹਾ ਤੋਂ ਇੱਧਰ ਬੈਂਗਣ ਜ਼ਿਆਦਾ ਲੱਗੇ ਹੋਏ ਨੇ। ਆ ਦੇਖੋ ਜਗ੍ਹਾ ਜਗ੍ਹਾ ਤੇ ਬੈਂਗਣ ਹੀ ਬੈਂਗਣ ਏ, ਆ ਤੁਸੀਂ ਦੇਖ ਸਕਦੇ ਆ ਆ ਵੀ ਬੈਂਗਣ ਆ ਵੀ ਬੈਂਗਣ, ਤੇ ਆ ਦੇਖੋ ਆ ਕਿੱਦਾਂ ਭਰੇ ਹੋਏ ਬੂਟੇ ਬੈਂਗਣਾਂ ਦੇ, ਬੈਠਾਓ ਬੈਠ ਕੇ ਦਿਖਾਓ ਇਹਨਾਂ ਨੂੰ, ਆ ਦੇਖੋ ਕਿੱਦਾਂ ਬੈਂਗਣ ਲੱਗੇ ਹੋਏ ਨੇ, ਇੱਧਰ ਦੇਖੋ ਸਾਰੇ ਦਿਖਾਓ ਭਾਈ। ਨਾਲੇ ਨਾ ਕੁਛ ਸੂਰਜ ਦਾ ਪਰਛਾਵਾਂ ਹੈਗਾ ਵਾ ਜਿਹਦੀ ਵਜ੍ਹਾ ਤੋਂ ਨਾ ਸਹੀ ਬੈਂਗਣ ਨਜ਼ਰ ਵੀ ਨਹੀਂ ਨਾ ਆਉਂਦੇ, ਸੂਰਜ ਦਾ ਪਰਛਾਵਾਂ ਜਿਹਾ ਬਣਿਆ ਹੈਗਾ। ਹਾਂਜੀ ਆਹ ਦੇਖੋ, ਜਿਹਦੀ ਵਜ੍ਹਾ ਤੋਂ ਬੈਂਗਣ ਸਹੀ ਨਜ਼ਰ ਵੀ ਨਹੀਂ ਆ ਰਿਹਾ। ਕਿਹੜੇ ਪੌਦੇ ਭਰੇ ਹੋਏ ਨੇ, ਇਹ ਇਸ ਤਰੀਕੇ ਨਾਲ ਹੀ ਲੱਗਦੇ, ਥੋੜਾ ਜਿਹਾ ਨਾ ਕੰਮ ਫਲ ਲੱਗਾ ਵਾ ਜਿਸ ਵਜ੍ਹਾ ਤੋਂ ਸਪਰੇ ਭਾਈ ਹੁਣੀ ਕਰ ਰਹੇ, ਫਲ ਵਾਲੀ ਸਪਰੇ ਕਰ ਰਹੇ, ਕੀੜੇ ਮਕੌੜੇ ਵਾਲੀ ਕਰ ਰਹੇ। ਆ ਦੇਖੋ ਬੈਂਗਣ ਲੱਗੇ ਹੋਏ, ਛੋਟੇ ਛੋਟੇ ਕਿਉਂ ਆ, ਵੱਡੇ ਵੀ ਬੈਂਗਣ ਹੁੰਦੇ ਆ ਭਾਈ, ਛੋਟੇ ਵੀ ਲੱਗਦਾ ਹੈ ਹੀ ਜ਼ਿਆਦਾ ਛੋਟੇ ਹੀ ਆ, ਇਹ ਹੁਣ ਥੋੜੇ ਕਿ ਦਿਨਾਂ ਨੂੰ ਤੜਾਈ ਹੋਣੀ ਨਾ। ਆ ਦੇਖੋ ਵੱਡੇ ਬੈਂਗਣ ਵੀ ਲੱਗੇ ਹੋਏ, ਤੁਸੀਂ ਕਹਿ ਰਹੇ ਛੋਟੇ ਲੱਗੇ, ਆ ਦੇਖੋ ਵੱਡੇ ਬੈਂਗਣ ਲੱਗੇ ਹੋਏ ਜ਼ਿਆਦਾ ਛੋਟੇ ਹੀ। ਅੱਛਾ ਆ ਬੀ ਇਸ ਤਰ੍ਹਾਂ ਦਾ ਹੋਣਾ ਆ, ਵਿੱਚ ਲੱਗਾ ਬਲੈਕ ਬਲੈਕ ਬੈਂਗਣ ਜੀ, ਆ ਦੇਖੋ ਆ ਦੇਖੋ ਲੱਗਾ ਵੱਡਾ, ਵੱਡੇ ਵੱਡੇ ਲੱਗੇ ਆ, ਆ ਵੀ ਲੱਗੇ ਆ, ਲੇਕਿਨ ਲੋਕ ਜਿਸ ਤਰ੍ਹਾਂ ਦਾ ਪਸੰਦ ਕਰਦੇ ਉਸ ਤਰ੍ਹਾਂ ਦੀ ਚੜਾਈ ਕਰ ਦਿੰਦੇ ਆ। ਹਾਂਜੀ ਚਲੋ ਜੀ, ਨੈਕਸਟ ਵੀਡੀਓ ਇਹ ਤਿਆਰ, ਆ ਜਿਹੜੇ ਬੈਂਗਣ ਆ ਕਿੰਨੇ ਕੁ ਦੇਰ 'ਚ ਤਿਆਰ ਹੁੰਦੇ ਆ? ਇਹ ਬੈਂਗਣ ਸਹੀ ਫਸਲ ਜਿਹੜੀ ਅੱਛੀ ਫਸਲ ਤੁਸੀਂ ਤਿਆਰ ਕਰਨੀ ਚਾਹੁੰਦੇ ਆ ਤੇ ਤੁਹਾਡੇ 40 ਤੋਂ 45 ਦਿਨ ਯਾਨੀ ਕਿ ਡੇਢ ਮਾਹ ਲੱਗ ਸਕਦਾ ਵਾ। ਅੱਛਾ ਅੱਛਾ, ਡੇਢ ਮਾਹ ਦੇ ਵਿੱਚ ਤੁਸੀਂ ਤਿਆਰ ਕਰ ਸਕਦੇ, ਐਡਾ ਐਡਾ ਪੌਦਾ ਹੋਣ ਤੇ 3 ਕਿ ਮਾਹ ਲੱਗ ਜਾਂਦੇ ਜੇ, ਇਹ ਤੁਸੀਂ ਸਾਰਾ ਸਾਲ ਵੀ ਚਲਾ ਸਕਦੇ ਆ, ਬੈਂਗਣ ਦੀ ਕਟਾਈ ਹੋ ਕੇ ਮੋਢੀ ਫਸਲ ਵੀ ਹੋ ਜਾਂਦੀ ਹੈ। ਚਲੋ ਫਿਰ ਆਇਓ ਚੱਲੀਏ, ਉਹਨੂੰ ਬਾਹਰ ਨਿਕਲੀਏ, ਤੇ ਉਹ ਭਾਈ ਹੁਣੀ ਸਪਰੇ ਕਰ ਰਹੇ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਇੱਥੇ ਨਾ ਜ਼ਰਾ ਸਹੀ ਨਹੀਂ ਹੈਗੇ ਤੇ ਤੁਸੀਂ ਥੋੜ੍ਹਾ ਕਟਾਈ ਹੋ ਗਈ ਨਾ, ਹਾਂ ਤਾਂ ਥੋੜ੍ਹਾ ਕੁ ਤੁਸੀਂ ਨਾ ਅੱਗੇ ਚੱਲ ਜਾਓ ਅਤੇ ਇੱਥੇ ਕੋਈ 4-5 ਖੇਲਾਂ ਛੱਡ ਕੇ ਨਾ ਉੱਥੇ ਚੱਲ ਜਾਓ, ਅਤੇ ਉੱਥੇ ਮਤਲਬ ਕਿ ਬੈਂਗਣ ਕਾਫੀ ਲੱਗੇ ਆ ਕਿਉਂਕਿ ਰੋਡ ਦੇ ਨਾਲ ਸ਼ੁਰੂ ਤੇ ਨਾ ਜ਼ਰਾ ਹੈ ਨਹੀਂ ਸੀ ਏਡੇ ਖਾਸ, ਤਾਂ ਥੋੜ੍ਹਾ ਕੁ ਫਿਰ ਅੱਗੇ ਚੱਲ ਗਏ ਆ। ਉਹ ਭਾਈ ਕਰ ਰਹੇ ਬ੍ਰ ਸਪਰੇ ਕਰ ਰਹੇ ਆ, ਹੁਣ ਨਿਕਲੀਏ ਬਾਹਰ ਨੂੰ, ਨਲਕਾ ਇੱਥੇ ਵੀ ਲੱਗਾ ਵਾ ਲੇਕਿਨ ਲੱਗਦਾ ਚੱਲਦਾ ਨਹੀਂ, ਲੋਈ ਰੋਡ 'ਤੇ ਆ ਗਏ, ਹੁਣ ਚੱਲੀਏ ਹੁਣ ਉਹੀ ਹੁਣ ਅਸੀਂ ਚੱਲੇ ਹਾਂ ਬੈਂਗਣ ਦੀ ਫਸਲ ਦਾ ਵਿਜ਼ਿਟ ਕਰਵਾ ਤਾ ਤੁਹਾਨੂੰ, ਅਤੇ ਤੁਹਾਨੂੰ ਅੱਛਾ ਲੱਗਾ ਹੋਏਗਾ, ਇਸ ਤਰ੍ਹਾਂ ਦੀਆਂ ਮਜ਼ੀਦ ਅੱਛੀ ਤੋਂ ਅੱਛੀ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਔਰ ਲਾਈਕ ਕਰਨਾ। ਹੁਣ ਅਸੀਂ ਜਾ ਰਹੇ ਹਾਂ ਘਰ, ਰਾਸਤੇ ਜਾਂਦਿਆਂ ਜਾਂਦਿਆਂ ਵੀ ਥੋੜ੍ਹੀ ਕੁ ਬਣਾਵਾਂਗੇ, ਅਸੀਂ ਜਿਹੜਾ ਨਾ ਥੋੜ੍ਹਾ ਕੁ ਸ਼ਾਰਟਕੱਟ ਲੈ ਲਿਆ ਵਾ ਅਤੇ ਅੰਦਰ ਦੀ ਨਾ ਕੱਚਾ ਰੋਡ ਜਿਹੜਾ ਨਾ ਉੱਥੋਂ ਦੀ ਹੁਣ ਪਿੰਡ ਵੱਲ ਨੂੰ ਹੋ ਗਏ ਹਾਂ, ਕਿਉਂਕਿ ਉਹ ਉੱਪਰ 'ਤੇ ਕਾਫੀ ਘੁੰਮ ਕੇ ਜਾਣਾ ਪੈਣਾ ਸੀ, ਸ਼ਾਰਟਕੱਟ
कच्चे रास्ते थाने ना हो गए हैं अभी जल्दी। दोस्तों पेंट इंटर हो गए हैं ते मजीद और वीडियो ले आके इंशाल्लाह दोबारा हाजिर होवांगे। अल्लाह हाफिज़।